ਜਿਨ੍ਹਾਂ ਦੀ ਕਬਜ਼ ਜਾਂਦੀ ਨਹੀਂ ਔਰ ਉਹ ਕਈ ਵਾਰੀ ਬਾਜ਼ਾਰੀ ਗੋਲੀਆਂ ਖਾਂਦੇ ਤਾਂ ਉਹਦੀ ਵਜ੍ਹਾ ਤੋਂ ਪੇਟ ਦਰਦ ਹੋ ਜਾਂਦੀ, ਤਕਲੀਫ ਹੋ ਜਾਂਦੀ ਤੇ ਬੜੇ ਬੇਚੈਨ ਹੋ ਜਾਂਦੇ ਨੇ। ਇਹ ਜਿਹੜਾ ਮੈਂ ਨੁਸਖਾ ਦੱਸਣ ਲੱਗਾ, ਕੋਈ ਪੇਟ ਦਰਦ ਨਹੀਂ, ਕੋਈ ਤਕਲੀਫ ਨਹੀਂ, ਬਿਲਕੁਲ ਜਨਾਬ ਆਰਾਮ ਨਾਲ ਇੱਕ ਕੈਪਸੂਲ ਰੋਜ਼ਾਨਾ ਰਾਤ ਨੂੰ ਖਾ ਲੈਣਾ ਤੇ ਸੁਬਹ ਪਖਾਨਾ ਖੁੱਲ ਕੇ ਆਏਗਾ। ਹਰੀੜ ਦੇ ਛਿਲਕੇ 10 ਗ੍ਰਾਮ ਲੈ ਲੈਣੇ ਨੇ, ਕੌੜ ਤੁਮਾ 10 ਗ੍ਰਾਮ, ਕਲਵੰਜੀ 10 ਗ੍ਰਾਮ, ਦੇਸੀ ਅਜਵੈਨ 10 ਗ੍ਰਾਮ, ਕਾਲਾ ਨਮਕ 10 ਗ੍ਰਾਮ, ਸਾਰੀਆਂ ਚੀਜ਼ਾਂ ਨੂੰ ਪੀ ਕੇ ਤੇ ਪਾਊਡਰ ਕਰ ਲੈਣਾ, 00 ਸਾਈਜ਼ ਕੈਪਸੂਲ ਭਰ ਕੇ ਰਾਤ ਨੂੰ ਇੱਕ ਕੈਪਸੂਲ ਨੀਮ ਗਰਮ ਪਾਣੀ ਨਾਲ ਲੈ ਲੈਣਾ ਤੇ ਸੁਬਹ ਜਰਾ ਪਖਾਨਾ ਪੁਖਾਨਾ ਖੁੱਲ ਕੇ ਆਏਗਾ, ਤਬੀਅਤ ਫਰੈਸ਼ ਹੋ ਜਾਏਗੀ ਤੇ ਬੰਦਾ ਐਂ ਹਲਕਾ ਫੁਲਕਾ ਤੇ ਐਂ ਹੋ ਜਾਵੇਗਾ ਜਿਵੇਂ ਉੱਡਦਾ।